ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲਬਾਤ ਕਰਾਂਗੇ ਜੀ ਜਦੋਂ ਆਪਾਂ ਪ੍ਰਚਾਰ ਕਰਦੇ ਆ ਤਾਂ ਪ੍ਰਚਾਰਕ ਜਦੋਂ ਕੋਈ ਰੈਫਰੈਂਸ ਦੇ ਕੇ ਜਾਂ ਕੋਈ ਵਧੀਆ ਗੱਲ ਕਰਦੇ ਨੇ ਜਦ ਕੋਈ ਵੱਖਰੀ ਗੱਲ ਕਰਦੇ ਨੇ ਤਾਂ ਉਹਨਾਂ ਦਾ ਵਿਰੋਧ ਕਿਸ ਤਰ੍ਹਾਂ ਹੁੰਦਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਦੇ ਜਦੋਂ ਆਪਾਂ ਸਾਖੀ ਸੁਣਾਉਂਦੇ ਆ ਜਾਂ ਆਪਾਂ ਗੁਰਬਾਣੀ ਦੇ ਅਰਥ ਕਰਦੇ ਆ ਉਹ ਚੀਜ਼ਾਂ ਕਦੇ ਸੁਣੀਆਂ ਹੀ ਨਹੀਂ ਹੁੰਦੀਆਂ ਪਰ ਜਦੋਂ ਅਸੀਂ ਉਹ ਗੱਲਾਂ ਸੁਣਾਉਨੇ ਆ ਚਾਹੇ ਜਿੱਦਾਂ ਦੇ ਮਰਜ਼ੀ ਰੈਫਰੈਂਸ ਦੇ ਲੋ ਤਾਂ ਉਹ ਗੱਲਾਂ ਉਹਨਾਂ ਲੋਕਾਂ ਦੇ ਸ਼ਾਇਦ ਪਕੜ ਚ ਨਹੀਂ ਆਉਂਦੀਆਂ ਜਾਂ ਉਹ ਮੰਨਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੇ ਪਹਿਲਾਂ ਬਾਬਿਆਂ ਤੋਂ ਇਦਾਂ ਦੀਆਂ ਚੀਜ਼ਾਂ ਸੁਣੀਆਂ ਨੇ ਹਨਾ ਜਿਆਦਾ ਸ਼ਰਧਾ ਵਾਲੀਆਂ ਆਪਾਂ ਕਹਿ ਸਕਦੇ ਹਾਂ ਜਿਹੜੇ ਬਾਬੇ ਜਿਆਦਾ ਸ਼ਰਧਾ ਬਣਾਉਂਦੇ ਨੇ ਮਨਮਤੀ ਸ਼ਰਧਾ ਕਹਿ ਸਕਦੇ ਆਪਾਂ ਮੇਰੇ ਪਿੰਡ ਵੀ ਇਦਾਂ ਹੀ ਹੋਇਆ 10 ਮਿੰਟ ਦਾ ਸਮਾਂ ਮਿਲਿਆ ਤੇ ਮੈਂ ਉੱਥੇ ਸਹਿਬਜ਼ਾਦੇ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਮੈਂ ਹਵਾਲੇ ਦਿੱਤੇ ਦੁਨਨਾ ਸਿੰਘ ਹਡੂਰੀਆ ਜੋ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਫੌਜ ਦੇ ਵਿੱਚ ਸੀ ਤੇ ਉਹਨਾਂ ਨੂੰ ਲਿਖਣ ਦਾ ਬੜਾ ਸ਼ੌਂਕ ਸੀ। ਉਹਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ ਗਾਥਾ ਗੁਰੂ ਸੁਤਨ ਜੀ ਕੀ ਤੇ ਉਹਦੇ ਵਿੱਚ ਉਹਨੇ ਬੜੇ ਸੋਹਣੇ ਰੈਫਰੈਂਸ ਦਿੱਤੇ ਨੇ ਵੀ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਕੀ ਕੀ ਬੀਤੀ ਸੀ। ਤੇ ਮੈਂ ਉਹ ਸ਼ਾਰਟਕਟ 10 ਮਿੰਟਾਂ ਦੇ ਵਿੱਚ ਉਹ ਜਿਹੜੀ ਸਾਰੀ ਗੱਲਬਾਤ ਵਾਪਰੀ ਸੱਚ ਜਿਹੜਾ ਦੁੰਨਾ ਸਿੰਘ ਹਡੂਰੀਆ ਉਸ ਵੇਲੇ ਉੱਥੇ ਮੌਜੂਦ ਹੈ। ਉਨੇ ਆਪਣੀਆਂ ਲਿਖਤਾਂ ਦੇ ਵਿੱਚ ਲਿਖਿਆ ਤੇ ਜਦੋਂ ਮੈਂ ਉਹ ਜ਼ਿਕਰ ਕੀਤਾ ਤੇ ਮੈਂ ਹੈਰਾਨ ਹੋ ਗਿਆ ਵੀ ਕਮੇਟੀ ਵਾਲਿਆਂ ਨੂੰ ਸੱਤੀ ਕੱਪੜੇ ਅੱਗ ਲੱਗ ਗਈ। ਜਾਲ ਉੱਠੇ ਪਿੰਡ ਦੇ ਵਿੱਚ ਗੱਲਾਂ ਕਰਨ ਲੱਗ ਗਏ ਜੀ ਇਹ ਪਤਾ ਨਹੀਂ ਕਿੱਦਾਂ ਦੀਆਂ ਚੀਜ਼ਾਂ ਸੁਣਾਉਂਦੇ ਨੇ ਜੀ ਇਹ ਤਾਂ ਅਸੀਂ ਸੁਣੀਆਂ ਹੀ ਨਹੀਂ ਕਦੇ ਹਨਾ ਆ ਚੀਜ਼ਾਂ। ਤੇ ਹੌਲੀ-ਹੌਲੀ ਸਾਡੇ ਪਿੰਡ ਦੇ ਇੱਕ ਮਾਸਟਰ ਜੀ ਨੇ ਜਿਹੜੇ ਸਾਨੂੰ ਪੜ੍ਹਾਉਂਦੇ ਰਹੇ ਨੇ ਤੇ ਮੈਂ ਕਾਫੀ ਸਤਿਕਾਰ ਕਰਦਾ ਸੀ ਉਹਨਾਂ ਦਾ ਪਰ ਹੁਣ ਉਹਨਾਂ ਦਾ ਜਿਹੜਾ ਮੇਰੇ ਮਨ ਦੇ ਵਿੱਚ ਕੋਈ ਸਤਿਕਾਰ ਨਹੀਂ ਰਿਹਾ। ਉਹਨਾਂ ਨੇ ਬੜਾ ਪਿੰਡ ਦੇ ਵਿੱਚ ਮੇਰਾ ਤਵਾ ਲਾਇਆ ਮੈਂ ਤਾਂ ਜੀ ਇਹ ਚੀਜ਼ਾਂ ਕਦੇ ਮੈਂ ਪੰਜਾਬੀ ਦਾ ਟੀਚਰ ਰਹਾਂ ਜੀ ਮੈਂ ਤਾਂ ਜੀ ਇਹ ਚੀਜ਼ਾਂ ਕਦੇ ਸੁਣੀਆਂ ਹੈ ਨਹੀਂ ਗੀਆਂ ਤੇ ਮੈਂ ਮਾਸਟਰ ਜੀ ਨੂੰ ਪੁੱਛਿਆ ਮੈਂ ਕਿਹਾ ਮਾਸਟਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਾਰਟ ਕੱਟ ਲੇਖ ਤੋਂ ਸਿਵਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸ਼ਾਰਟ ਕੱਟ ਲੇਖ ਤੋਂ ਸਿਵਾ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਇੱਕ ਛੋਟੇ ਛੋਟੇ ਲੇਖਾਂ ਤੋਂ ਸਿਵਾ ਤੁਸੀਂ ਹੋਰ ਕਿਤਾਬਾਂ ਕਿਹੜੀਆਂ ਪੜੀਆਂ ਨੇ ਤੇ ਫਿਰ ਗੱਲ ਨਾ ਆਵੇ ਹੁਣ ਮੈਂ ਇਹ ਫੇਸਬੁਕ ਦੀ ਸੰਗਤ ਦੇ ਅੱਗੇ ਉਹ ਚੀਜ਼ ਰੱਖਣ ਲੱਗੇ ਆ ਵੀ ਤੁਸੀਂ ਮੈਨੂੰ ਦੱਸਿਓ ਵੀ ਮੈਂ ਕੀ ਇਹਦੇ ਵਿੱਚ ਗਲਤ ਬੋਲਿਆ ਸੀ ਦੁੰਨਾ ਸਿੰਘ ਹਡੂਰੀਆ ਹਵਾਲਾ ਦਿੰਦਾ ਜੀ ਜਦੋਂ ਛੇਪ ਉਹਦੀ ਰਾਤ ਕੁੰਮਾ ਮਾਸੀ ਦੀ ਕੁੱਲੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੱਟੀ ਆ ਤੇ ਉਸ ਤੋਂ ਅੱਗੇ ਚੱਲਦੇ ਨੇ ਜਦੋਂ ਗੰਗੂ ਦੀ ਗੱਲ ਆਉਂਦੀ ਹੈ ਉੱਥੇ ਉਹਨਾਂ ਰਾਤ ਦੇ ਪ੍ਰਸ਼ਾਦੇ ਦੀ ਗੱਲ ਲਿਖਦਾ ਵੀ ਕਿੱਦਾਂ ਦਾ ਪ੍ਰਸ਼ਾਦਾ ਜਿਹੜਾ ਮਾਤਾ ਗੁਜਰਕੌਰ ਜੀ ਅਤੇ ਸਹਿਬਜਾਦਿਆਂ ਨੂੰ ਪਰੋਸ ਕੇ ਦਿੱਤਾ ਸੇਮ ਮੈਂ ਇਦਾਂ ਦੀ ਗੱਲ ਕੀਤੀ ਉਹ ਲਿਖਦਾ ਕਹਿੰਦਾ ਲਹੇਰ ਕੀ ਰੋਟੀ ਕਰੀ ਮਸਰੀ ਕੀ ਕਰੀ ਦਾਲ ਲਹੇਰ ਕਹਿੰਦੇ ਨੇ ਜੀ ਚੋਕਰ ਨੂੰ ਜਿਹੜਾ ਆਪਾਂ ਛਾਣਦੇ ਆ ਨਾ ਆਟਾ ਉਹਦਾ ਉੱਪਰਲਾ ਜਿਹੜਾ ਹਿੱਸਾ ਚੋਕਰ ਬਸ ਬਚਦਾ ਜਿਹੜਾ ਬੂਰਾ ਕਹਿ ਦਿੰਦੇ ਨੇ ਕਈ ਇਲਾਕੇ ਜਿੱਧਰ ਸਾਡੇ ਮਾਲਵੇ ਵਿੱਚ ਇਧਰ ਲੁਧਿਆਣੇ ਜ਼ਿਲ੍ਹੇ ਦੇ ਨੇੜੇ ਬੂਰਾ ਵੀ ਕਹਿ ਦਿੰਦੇ ਨੇ ਹਨਾ ਉਹ ਕਹਿੰਦਾ ਲਹੇਰ ਕੀ ਰੋਟੀ ਕਰੀ ਮਸਰੀ ਕੀ ਕਰੀ ਦਾਲ ਥਾਲੇ ਮੈਸੋ ਪਾਏ ਕੇ ਲੈ ਆਇਓ ਤਤਕਾਲ ਰੋਟੀ ਤਿਆਰ ਕਰਕੇ ਸਹਬਜ਼ਾਦਿਆਂ ਦੇ ਅੱਗੇ ਲਿਆ ਕੇ ਰੱਖੀ ਉੱਗੇ ਲਿਖਦਾ ਪੁੱਭਾ ਮਾਰ ਮਾਰ ਕੇ ਰੋਇਆ ਹੁਣ ਜਦੋਂ ਅਗਲੀ ਇਹ ਗੱਲ ਲਿਖਦਾ ਹੋਏਗਾ ਦੁਨਨਾ ਸਿੰਘ ਢੂਰੀ ਆ ਉਹ ਕਹਿੰਦਾ ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨਾ ਕੁੱਕਰ ਖਾਇਓ ਇਦਾਂ ਦੀ ਰੋਟੀ ਕਹਿੰਦਾ ਸਹਬਜ਼ਾਦਿਆਂ ਦੇ ਲਈ ਤਿਆਰ ਕਰਕੇ ਲੈ ਕੇ ਆਂਦੀ ਕਹਿੰਦਾ ਮੇਰੇ ਘਰ ਦੇ ਵਿੱਚ ਕਾਂ ਤੇ ਕੁੱਤੇ ਵੀ ਓਦਾਂ ਦੀ ਰੋਟੀ ਨਹੀਂ ਖਾਂਦੇ ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨਾ ਕੁੱਕਰ ਖਾਇਓ ਕਾਂ ਤੇ ਕੁੱਤੇ ਵੀ ਕਹਿੰਦਾ ਇਦਾਂ ਦੀ ਰੋਟੀ ਨਹੀਂ ਖਾਂਦੀ ਜਹਾਜ ਲਿਆ ਕੇ ਸਹਬਜ਼ਾਦਿਆਂ ਦੇ ਅੱਗੇ ਰੱਖੀ ਤੇ ਮਾਤਾ ਗੁਜਰ ਕੌਰ ਜੀ ਨੇ ਨਾ ਕਰ ਦਿੱਤੀ ਤੇ ਮੈਂ ਅਗਲੀ ਗੱਲ ਕੀਤੀ ਅੱਗੇ ਮੈਂ ਕਿਹਾ ਵੀ ਸਹਬਜ਼ਾਦਿਆਂ ਨੂੰ ਜਦੋਂ ਮਰਿੰਡੇ ਤੋਂ ਸਿਪਾਈ ਆਉਂਦੇ ਨੇ ਤੇ ਉਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ ਉਹ ਮੈਂ ਫੇਰ ਦੁਨਾ ਸਿੰਗਰ ਹਡੂਰੀਏ ਦਾ ਰੈਫਰੈਂਸ ਦਿੱਤਾ ਮੈਂ ਕਿਹਾ ਫਤਿਹ ਫਤੇ ਸਿੰਘ ਜੋਰਾਵਰ ਸਿੰਘ ਤਿਹ ਪਾਏ ਬੋਰੀ ਮੈ ਲੈ ਕਿਵੇਂ ਬੰਨ ਕੇ ਲੈ ਕੇ ਗਏ ਸਹਬਜ਼ਾਦਿਆਂ ਨੂੰ ਕਾਦੇ ਵਿੱਚ ਪਾ ਕੇ ਲੈ ਕੇ ਗਏ ਮੈਂ ਉੱਥੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਉਹ ਮਰਿੰਡੇ ਤੋਂ ਜਦੋਂ ਕਾਈ ਨੌਰ ਵਾਲੀ ਸਾਈਡ ਰੋਪੜ ਨੂੰ ਜਾਂਦੇ ਆ ਨਾ ਉੱਥੇ ਇੱਕ ਸਾਧ ਨੇ ਗੁਰਦੁਆਰਾ ਸਾਹਿਬ ਬਣਾਇਆ ਤੇ ਉੱਪਰ ਰੱਥ ਜਿਹੜਾ ਉਹ ਖੜਾ ਕੀਤਾ ਹੋਇਆ ਰੱਥ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਲਿਖਤਾ ਉੱਪਰ ਰੱਥ ਖੜਾ ਕੀਤਾ ਵੀ ਇਹ ਪਲੇਖਾ ਪੈਂਦਾ ਰਹੇ ਵੀ ਸਹਿਬਜ਼ਾਦਿਆਂ ਨੂੰ ਰੱਥ ਦੇ ਵਿੱਚ ਲੈ ਕੇ ਗਏ ਤੇ ਹੁਣ ਉਹ ਦੁੰਨਾ ਸਿੰਘ ਢੂਰੀਆ ਲਿਖਦਾ ਕਹਿੰਦਾ ਰੱਥ ਦੇ ਵਿੱਚ ਨਹੀਂ ਲੈ ਕੇ ਗਏ ਉਹ ਕਹਿੰਦਾ ਮੈਂ ਦੱਸਦਾ ਵੀ ਸਹਿਬਜ਼ਾਦਿਆਂ ਨੂੰ ਕਿਵੇਂ ਲੈ ਕੇ ਗਏ ਨੇ ਉਹ ਕਹਿੰਦਾ ਫਤਿਹ ਸਿੰਘ ਜੋਰਾਵਰ ਸਿੰਘ ਤੇ ਪਾਏ ਬੋਰੀ ਮੈ ਲੈ ਘੋੜੇ ਉੱਪਰ ਲਾਦ ਕਰ ਬਹੁਰ ਆਗੇ ਕਰ ਲਏ ਇਹ ਉਸ ਵੇਲੇ ਦਾ ਸਮਕਾਲੀ ਕਵੀ ਹੈ ਜੀ ਕਹਿੰਦਾ ਵੀ ਸਹਿਬਜ਼ਾਦਿਆਂ ਨੂੰ ਬੋਰੀ ਦੇ ਵਿੱਚ ਪਾਇਆ ਬੰਨ ਕੇ ਤੇ ਘੋੜਿਆਂ ਦੇ ਉੱਪਰ ਲਦਿਆ ਜਿਹੜੀ ਅਗਲੀ ਗੱਲ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਖਾਸ ਚੁਭੀ ਉਹ ਦੁਨਨਾ ਸਿੰਘ ਢੂਰੀਏ ਨੇ ਲਿਖੀ ਹੈ ਉਹ ਕਹਿੰਦਾ ਮਾਤਾ ਗੁਜਰੀ ਪਕੜ ਲਈਨੀ ਕੱਟ ਸਿਉ ਰੱਜ ਬਾਂਦੀ ਦਈ ਰੱਜ ਕਹਿੰਦੇ ਨੇ ਜੀ ਰੱਸੀ ਨੂੰ ਕੱਟ ਕੇ ਰੱਸੀ ਨੂੰ ਕੱਟ ਕੇ ਮਾਤਾ ਗੁਜਰ ਕੌਰ ਜੀ ਨੂੰ ਬੰਨ ਲਿਆ ਤੋਬਰ ਮਿਰਚਨ ਚਾੜ ਕੇ ਮੋਹਬੰਦ ਘੋੜੇ ਪੇ ਲਈ ਉਹ ਕਹਿੰਦਾ ਵੀ ਜਿਹੜੀ ਬੋਰੀ ਮਾਤਾ ਗੁਜਰ ਕੌਰ ਜੀ ਦੇ ਉੱਪਰ ਪਾਈ ਗਈ ਸਹਬਜਾਦਿਆਂ ਨੂੰ ਵੀ ਬੋਰੀ ਦੇ ਵਿੱਚ ਪਾਇਆ ਜਿਹੜੀ ਬੋਰੀ ਮਾਤਾ ਗੁਜਰ ਕੌਰ ਜੀ ਦੇ ਉੱਪਰ ਪਾਈ ਗਈ ਸੁਭਾਵਕ ਜਿਹੜੀ ਉਹ ਬੋਰੀ ਸੀ ਦੁਨਨਾ ਸਿੰਘ ਢੂਰੀਆ ਕਹਿੰਦਾ ਉਹ ਮਿਰਚਾਂ ਵਾਲੀ ਬੋਰੀ ਸੀ ਮਿਰਚਾਂ ਵਾਲੀ ਬੋਰੀ ਇਹ ਮੈਂ ਆਪਣੇ ਕੋਲੋਂ ਨਹੀਂ ਸੀ ਕਿਹਾ ਇਹ ਦੁਨਨਾ ਸਿੰਘ ਢੂਰੀਏ ਦੀ ਲਿਖਤ ਹੈ ਕੋਈ ਵੀ ਵੀਰ ਕਿਤੋਂ ਲੈ ਕੇ ਇਸ ਲਿਖਤ ਨੂੰ ਜਿਹੜਾ ਹੈਗਾ ਉਹ ਪੜ ਸਕਦਾ ਹੈ ਨੈਟ ਦੇ ਉੱਪਰ ਆ ਮਿਲ ਜਾਂਦੀ ਹੈ ਨੈਟ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਤੇ ਅਗਲੀ ਜਿਹੜੀ ਮੈਂ ਗੱਲ ਕੀਤੀ ਵੀ ਸਹਿਜਾਦਿਆਂ ਦੇ ਨਾਲ ਹੋਰ ਕਿਹੜਾ ਕਿਹੜੇ ਅਤਿਆਚਾਰ ਹੋਇਆ ਗਿਲੇਲੇ ਮਾਰੇ ਉਹਨਾਂ ਦੇ ਛਾਂਟੇ ਤੱਕ ਵੀ ਲਿਖੇ ਨੇ ਦੁਨਨਾ ਸਿੰਘ ਢੂਰੀਏ ਨੇ ਮਾਰੇ ਗਏ ਹਨਾ ਰਾਜ ਸਿਉਂ ਕਰ ਪੀਪਲ ਬੰਦੇ ਦੁਸਤ ਸਿਉਂ ਗਿਲੇਲੇ ਸੰਦੇ ਬੇ ਸਹਿਜਾਦਿਆਂ ਨੂੰ ਇੱਕ ਪਿੱਪਲ ਦੇ ਨਾਲ ਬੰਨ ਲਿਆ ਕੱਪੜੇ ਉਤਾਰ ਦਿੱਤੇ ਗਏ ਵਸਤਰ ਉਤਾਰ ਦਿੱਤੇ ਗਏ ਤੇ ਗਲੇਲ ਦੇ ਵਿੱਚ ਰੋੜੇ ਪਾ ਕੇ ਵੱਡੇ ਖਿੱਚ ਖਿੱਚ ਕੇ ਸਹਬਜ਼ਾਦਿਆਂ ਦੇ ਸਰੀਰਾਂ ਦੇ ਉੱਪਰ ਮਾਰੇ ਗਏ ਉਹ ਦੁਨਾਂ ਸਿੰਘ ਢੂਰੀਏ ਨੇ ਬੜੀ ਸਾਫ਼ ਇਹ ਲਿਖਤ ਲਿਖੀ ਹੈ ਤੇ ਉਹਨੇ ਆਪਣੇ ਵੱਲੋਂ ਇਹ ਯਤਨ ਕੀਤਾ ਵੀ ਹਾਂ ਜਿਹੜੀ ਅਸਲ ਸਹਬਜ਼ਾਦਾਂ ਦਾਦਿਆਂ ਦੇ ਨਾਲ ਵਾਰਤਾਵਾਤਰੀ ਹੈ ਜੋ ਕੁਝ ਅਸਲ ਹੋਇਆ ਮੈਂ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ ਹੁਣ ਜਦੋਂ ਅਸੀਂ ਇਹ ਚੀਜ਼ਾਂ ਸੁਣਾਉਨੇ ਆ ਤੇ ਮੈਂ ਹੈਰਾਨ ਹੋ ਗਿਆ ਵੀ ਸਾਰੇ ਪਿੰਡ ਦੇ ਵਿੱਚ ਇਹ ਤਾਂ ਜੀ ਪਤਾ ਨਹੀਂ ਕੀ ਸੁਣਾਈ ਜਾਂਦਾ ਜੀ ਇਹ 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 ਨਵੇਂ ਪ੍ਰਚਾਰਕ ਆ ਗਏ ਜੀ ਕੱਲ ਦੇ ਇਹਨਾਂ ਨੂੰ ਪਤਾ ਹੀ ਨਹੀਂ ਜੀ ਕਿਸੇ ਚੀਜ਼ ਦਾ ਅਸੀਂ ਤਾਂ ਜੀ ਅੱਜ ਤੱਕ ਇਹ ਗੱਲਾਂ ਕਦੇ ਸੁਣੀਆਂ ਹੀ ਨਹੀਂ ਗੀਆਂ ਤੇ ਮੈਂ ਕਮੇਟੀ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਭਾਈ ਤੁਸੀਂ ਸੁਣਿਆ ਦੱਸ ਦੋ ਕੀ ਐ ਜਿਹੜੇ ਤੁਸੀਂ ਆ ਢਾਡੀ ਕਮਿਸ਼ਨਰ ਬੁਲਾਉਨੇ ਹੋ ਸਸਤੇ ਤਨ ਤਨ 4 4 5 5000 ਕਰਕੇ ਰੇਟ ਤੁਸੀਂ ਉਹਨਾਂ ਦੇ ਨਾਲ ਇੱਥੇ ਸੱਦਦੇ ਹੋ ਮੇਰੀ ਵੀ ਅਕਸਰ ਨੂੰ ਇੰਨੀ ਉਮਰ ਹੋ ਗਈ ਐ ਤੇ ਮੈਂ ਤੇ ਜਦੋਂ ਨਗਰ ਕੀਰਤਨ ਦੇ ਉੱਪਰ ਸੁਣਦਾ ਬਸ ਉਹੀ ਪੰਜ ਚਾਰ ਚੀਜ਼ਾਂ ਹੁੰਦੀਆਂ ਨੇ ਵੀ ਹਾਂ ਮਹਿਤਾ ਕਲਿਆਣ ਦਾਸ ਨੇ ਗੁਰੂ ਨਾਨਕ ਪਾਸ਼ਾ ਦੇ ਚਪੇੜਾ ਕਿਵੇਂ ਮਾਰੀਆਂ ਤੇ ਉਹ ਜਿਹੜਾ ਰੋਟੀਆਂ ਦੱਬੀਆਂ ਤੇ ਉਹਦੇ ਵਿੱਚੋਂ ਦੁੱਧ ਨਿਕਲਿਆ ਆ ਖੂਨ ਨਿਕਲਿਆ ਆ ਬਸ ਆਹੀ ਚੀਜ਼ਾਂ ਆਉਂਦੀਆਂ ਵੀ ਬਾਬੇ ਨੇ ਪਹਾੜ ਰੋਕਤਾ ਮੱਕਾ ਇੱਧਰ ਨੂੰ ਕਮਾਤਾ ਇੱਕ ਜਗ੍ਹਾ ਤੋਂ ਸਟਾਰਟਿੰਗ ਹੁੰਦੀ ਹੈ ਤੇ 4-5 ਜਿਹੜੀਆਂ ਜਗ੍ਹਾ ਦੇ ਉੱਪਰ ਉਹ ਢਾਡੀ ਆਪਣੀ ਸਮਾਪਤ ਕਰ ਜਾਂਦੇ ਜਦ ਇਹ ਜੇ ਮਨਮਤੀ ਪ੍ਰਚਾਰਕਾਂ ਨੂੰ ਬੁਲਾਉਣਾ ਹੈ ਤੁਸੀਂ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖਣਾ ਕੀ ਹੈ ਫਿਰ ਆਪ ਅਸੀਂ ਪੜ੍ਹਨਾ ਕੋਈ ਨਹੀਂ ਆਪ ਅਸੀਂ ਕਿਤਾਬ ਚੱਕ ਕੇ ਵੇਖਣੀ ਕੋਈ ਨਹੀਂ ਸਹੀ ਹੈ ਨਾ ਗੱਲ ਵੀ ਆਪ ਤੇ ਅਸੀਂ ਪੜ੍ਹਨਾ ਕੁਛ ਨਹੀਂ ਤੇ ਸਾਡੇ ਵਰਗੇ ਪ੍ਰਚਾਰਕ ਜਿੱਦਾਂ ਦੀਆਂ ਚੀਜ਼ਾਂ ਤੁਹਾਨੂੰ ਸੁਲਾਉਣਗੇ ਫਿਰ ਉਹਦਾਂ ਦੀ ਤੁਸੀਂ ਅਸੈਪਟ ਕਰ ਲੈਣੀ ਹੈ ਕਿਉਂਕਿ ਆਪ ਤੇ ਤੁਸੀਂ ਸਿੱਖਣਾ ਕੁਛ ਨਹੀਂ ਹੈ ਤੇ ਹੁਣ ਜੇ ਮਨਮਤੀ ਕੋਈ ਪ੍ਰਚਾਰਕ ਆਵੇਗਾ ਤਾਂ ਮਨਮਤ ਸੁਣਾਏਗਾ ਤੁਸੀਂ ਉਹ ਵੀ ਕਬੂਲ ਕਰ ਲੈਣੀ ਕਿਉਂਕਿ ਤੁਹਾਡਾ ਦਿਮਾਗ ਤਾਂ ਖਰਾਬ ਹੈ ਦਿਮਾਗ ਤੁਹਾਡਾ ਚੱਲਦਾ ਕੋਈ ਨਹੀਂ ਤੇ ਮੇਰੇ ਵਰਗਾ ਜਦੋਂ ਸੱਚ ਸੁਣਾਏਗਾ ਵੀ ਹਾਂ ਗੁਰਬਾਣੀ ਦੀ ਕਸਵੱਟੀ ਤੇ ਗੱਲ ਜਾਂ ਕੋਈ ਰੈਫਰੈਂਸ ਦੇਵੇਗਾ ਜਾਂ ਕੋਈ ਦੱਸੇਗਾ ਵੀ ਹਾਂ ਮੈਂ ਇਹ ਰੈਫਰੈਂਸ ਇੱਥੋਂ ਲਿਆ ਤੇ ਤੁਸੀਂ ਉਹ ਵੀ ਮੰਨਣ ਨੂੰ ਤਿਆਰ ਨਹੀਂ ਹੁਣ ਚੀਕਾ ਮਾਰਦੇ ਪਿੰਡ ਦੇ ਵਿੱਚ ਇਹਨੂੰ ਸਟੇਜ ਤੇ ਨਹੀਂ ਬੋਲਣ ਦੇਣਾ ਜੀ ਤੇ ਮੇਰਾ ਕੀ ਵਿਗਾਰ ਲਓਗੇ ਤੁਸੀਂ ਮੰਨ ਲਓ ਤੁਸੀਂ ਇੱਕ ਸਟੇਜ ਤੇ ਮੈਨੂੰ ਨਹੀਂ ਬੋਲਣ ਦਾ ਹਉਗੇ ਮੇਰਾ ਕੀ ਵਿਗਾਰ ਲਓਗੇ ਕੀ ਮੈਨੂੰ ਘਾਟਾ ਪੈ ਜਾਏਗਾ ਜੇ ਤੁਸੀਂ ਨਹੀਂ ਮੈਨੂੰ ਬੋਲਣ ਦਓਗੇ ਕਿਹੜਾ ਮੇਰੇ ਤੇ ਪਹਾੜ ਸੁੱਟ ਲਓਗੇ ਤੁਸੀਂ ਆ ਕੇ ਵੀ ਹਾਂ ਮੈਨੂੰ ਲਓ ਜੀ ਅਸੀਂ ਅਮਰਪ੍ਰੀਤ ਨੂੰ ਬੋਲਣ ਤੋਰੋ ਕਿ ਲਿਆ ਕੀ ਹੋ ਜਾਏਗਾ ਫਿਰ ਕੁਝ ਨਹੀਂ ਹੋਣ ਵਾਲਾ ਪਰ ਸੱਚ ਇਹੀ ਹੈ ਵੀ ਸਹਿਬਜ਼ਾਦਿਆਂ ਨੂੰ ਇਹੀ ਤਸੀਹੇ ਦਿੱਤੇ ਗਏ ਸੀ ਦੁਨਨਾ ਸਿੰਘ ਢੂਰੀਏ ਨੇ ਲਿਖਿਆ ਫਿਰ ਅੱਗੇ ਮੈਂ ਜਿਹੜੀ ਗੱਲ ਕੀਤੀ ਵੀ ਸਾਹਿਬਜ਼ਾਦਾ ਨੂੰ ਨੀਹਾ ਦੇ ਵਿੱਚ ਚੀੜਨਾ ਇੱਕ ਕਟਾਰ ਦੇ ਨਾਲ ਚਾਕੂ ਦੇ ਨਾਲ ਉਹਨਾਂ ਦੇ ਜਿਹੜੇ ਇੱਥੋਂ ਗਰਦਣਾ ਵੱਢ ਦੇਣੀਆਂ ਹਨ ਇਹ ਇਹ ਚੀਜ਼ਾਂ ਕਿਉਂ ਨਹੀਂ ਹਾਜਮ ਹੁੰਦੀਆਂ ਇਹਨਾਂ ਦੇ ਫਿਰ ਜਦੋਂ ਅਸੀਂ ਗੱਲ ਕਰਦੇ ਨਾ ਵੀ ਮਾਤਾ ਗੁਜਰ ਕੌਰ ਜੀ ਨੂੰ ਉੱਪਰੋਂ ਸੁੱਟ ਕੇ ਸ਼ਹੀਦ ਕੀਤਾ ਗਿਆ ਆਹ ਚੀਜ਼ਾਂ ਵੀ ਇਹਨਾਂ ਦੇ ਹਾਜਮ ਨਹੀਂ ਹੁੰਦੀਆਂ ਪਿੱਟ ਸਿਆਪਾ ਪਿੰਡ ਦੇ ਵਿੱਚ ਹੋਏ ਹੋਏ ਆਹ ਕੀ ਸੁਣਾ ਗਏ ਹੋਏ ਆਹ ਨਵੇਂ ਪ੍ਰਚਾਰਕ ਆ ਗਏ ਹੋਏ ਉਹ ਭਾਈ ਮੇਰੇ ਉਹ ਪਹਿਲਾਂ ਆਪ ਸਟੱਡੀ ਕਰੋ ਕਦੇ ਕਿਤਾਬਾਂ ਚੋਂ ਕੇ ਪੜ ਕੇ ਦੇਖੋ ਅਗਲੇ ਦੀਆਂ ਜਿਹੜਾ ਯਾਰ ਜੋਗੀ ਅੱਲਾਖਾਂ ਲਿਖਦਾ ਹੈ ਨਾ ਜਿਹੜਾ ਜੋਗੀ ਅੱਲਾ ਯਾਰਖਾਂ ਜੋਗੀ ਜਿਹੜੀਆਂ ਚੀਜ਼ਾਂ ਲਿਖਦਾ ਹੈ ਨਾ ਵੀ ਚਮਕ ਹੈ ਮਿਹਰ ਕੀ ਚਮਕੌਰ ਤੇਰੀ ਜਰੋਂ ਮੈਂ ਜਹੀਂ ਸੇ ਬਣ ਕੇ ਸtare ਗਏ ਆਸਮਾਂ ਕੇ ਲਈ ਕਦੇ ਪੜ ਕੇ ਤਾਂ ਦੇਖੋ ਉਹਦੀਆਂ ਲਿਖਦਾ ਹਿੰਦ ਮੇਕ ਕੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਦੀਏ ਕਦੇ ਪੜ ਕੇ ਤਾਂ ਦੇਖੋ ਕਦੇ ਪੜੋ ਤਾਂ ਸਹੀ ਰਚਨਾਮਾ ਦੁਨਨਾ ਸਿੰਘ ਢੂਰੀਆ ਕਦੇ ਯਾਰ ਅੱਲਾ ਯਾਰਖਾ ਜੋਗੀ ਕਦੇ ਪੜ ਕੇ ਤੇ ਦੇਖੋ ਕਦੇ ਕਿਤਾਬਾਂ ਤੁਸੀਂ ਵੀ ਕਿਹੜੀਆਂ ਰਚਨਾਵਾਂ ਲਿਖੀਆਂ ਨੇ ਉਹਨਾਂ ਨੇ ਸਾਡਾ ਵਿਰੋਧ ਕਰਨ ਨੂੰ ਪੈ ਜਾਂਦੇ ਹੋ ਤੁਸੀਂ ਸਾਡੇ ਤੇ ਤਬਾ ਫਿਰ ਸ਼ੁਰੂ ਹੋ ਜਾਂਦਾ ਇਹ ਐਂ ਕਰਦੇ ਨੇ ਜੀ ਉਹ ਇਹ ਕਰਦੇ ਨੇ ਜੀ ਇਹ ਵੱਡੇ ਮਿਸ਼ਨਰੀ ਆ ਗਏ ਜੀ ਇਹ ਕੱਲ ਨਵੇਂ ਜੰਮ ਪਏ ਜੀ ਇਹ ਪਹਿਲਾਂ ਅਸੀਂ ਆ ਗੱਲਾਂ ਨਹੀਂ ਸੁਣੀਆਂ ਭਾਈ ਤੁਸੀਂ ਇਹ ਗੱਲਾਂ ਨਹੀਂ ਸੁਣਨੀਆਂ ਕਿਉਂਕਿ ਤੁਸੀਂ ਬਾਬਿਆਂ ਦਾ ਸਾਡੇ ਇਲਾਕੇ ਦੇ ਵਿੱਚ ਮਨਮਤੀ ਪ੍ਰਚਾਰ ਸੁਣਿਆ ਜਾਂ ਤਾਂ ਤੁਹਾਡੇ ਕੋਲੇ ਰਾੜੇ ਵਾਲਿਆਂ ਦੇ ਚੇਲੇ ਆਉਂਦੇ ਰਹੇ ਨੇ ਜਾਂ ਤੁਹਾਡੇ ਹੁਣ ਵੀ ਨਾਨਕਸਰੀਆਂ ਵਾਲੇ ਬਾਜੇ ਕੁੱਟਣਾਉਂਦੇ ਨੇ ਜਾਂ ਤੁਸੀਂ ਸੰਪਟ ਪਾਠ ਕਰਵਾ ਲਓ ਜਾਂ ਤੁਹਾਡੇ ਪੱਲੇ ਕੇਵਲ ਵੀਰ ਮਿਰਿਓ ਇਹੀ ਚੀਜ਼ ਐ ਜਾਂ ਰਾੜੇ ਵਾਲੇ ਆਗੇ ਜਾਂ ਨਾਨਕਸਰੀਏ ਆਗੇ ਜਾਂ ਹੋਰ ਢੋਲਕੀ ਕੁੱਟਣ ਵਾਲੇ ਆਗੇ ਮਨਮਤੀ ਸੁਣਾਗੇ ਜਕਾਰੇ ਲਵਾਗੇ ਕਹਾਣੀ ਸਾਰੀ ਖਤਮ ਐ ਜਦੋਂ ਕੋਈ ਗੁਰੂ ਦੀ ਗੱਲ ਕਰੇਗਾ ਗੁਰਬਾਣੀ ਦੀ ਗੱਲ ਕਰੇਗਾ ਰੈਂਫਰੈਂਸ ਦੇ ਕੇ ਗੱਲ ਕਰੂਗਾ ਵੀ ਹਾਂ ਭਾਈ ਆ ਅਸਲ ਵਿੱਚ ਬੀਤਿਆ ਤੇ ਉਹ ਉਦੋਂ ਇਹ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਤੁਹਾਨੂੰ ਦੁੱਖ ਬੜਾ ਲੱਗਦਾ ਫਿਰ ਪੇਪਰ ਤਾਂ ਸਿਆਪਾ ਕਰਦੇ ਹੋਵੇ ਤੁਸੀਂ ਚੀਕਾ ਮਾਰਦੇ ਹੋ ਪਿੰਡ ਦੇ ਵਿੱਚ ਤਵਾ ਲਾਉਨੇ ਹੋ ਮੇਰਾ ਦੋਸਤ ਆ ਨਗਰ ਕੀਰਤਨ ਦੇ ਉੱਪਰ ਇਹਨਾਂ ਨੂੰ ਕਹਿੰਦਾ ਕਹਿੰਦਾ ਜੀ ਬਈ ਅਮਰਪ੍ਰੀਤ ਤੋਂ ਲਵਾ ਲਈਏ ਆਪਾਂ 10 ਮਿੰਟ ਇੱਕ ਗੁਰਦੁਆਰਾ ਸਾਹਿਬ ਦਾ ਕਮੇਟੀ ਮੈਂਬਰ ਪਤਾ ਕੀ ਕਹਿੰਦਾ ਕਹਿੰਦਾ ਅਸੀਂ ਛਤਰ ਨਹੀਂ ਖਾਣੇ ਕਿਸੇ ਤੋਂ ਆਹ ਹਾਲਾਤ ਨੇ ਉਹ ਮੇਰੇ ਦੋਸਤ ਨੇ ਕਿਹਾ ਇਹਨਾਂ ਨੂੰ ਉਹ ਸਟੇਜ ਸੈਕਟਰੀ ਬਣਦਾ ਰਹੇ ਨਗਰ ਕੀਰਤਨ ਤੇ ਉਹ ਕਹਿੰਦਾ ਵੀ ਅਮਰ ਅਮਰਪ੍ਰੀਤ ਤੋਂ ਲਵਾ ਲਈਏ 10 ਮਿੰਟ ਕੰਨਵ ਛੇਤਰ ਨਹੀਂ ਖਾਣੇ ਸੰਗਤ ਤੋਂ ਅੱਛਾ ਜੇ ਅਸੀਂ ਚੰਗੀ ਚੀਜ਼ ਸੁਣਾਵਾਂਗੇ ਤਾਂ ਸੰਗਤ ਸਾਡੇ ਛੇਤਰ ਮਾਰੇਗੀ ਸੰਗਤ ਸਾਨੂੰ ਪਿਆਰ ਕਰਦੀ ਐ ਇਹ ਲੜਵੜ ਕੱਟੇ ਜਿਹੜੇ ਹੈਗੇ ਨੇ ਨਾ ਇਹ ਕਮੇਟੀ ਮੈਂਬਰ ਇਹੀ ਇਹਨਾਂ ਦੇ ਗੱਲਾਂ ਨਹੀਂ ਹਾਜ਼ਮ ਹੁੰਦੀਆਂ ਕਿਉਂਕਿ ਇਹ ਬਾਬਿਆਂ ਨਾਲ ਜੁੜੇ ਹੋਏ ਨੇ ਇਹਨਾਂ ਨੇ ਫੋਟੋਆਂ ਦੀ ਪੂਜਾ ਕਰਨੀ ਐ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਜਿਹੜਾ ਹੈਗਾ ਉਹ ਸੰਤ ਛਿੜਕਣਾ ਤੇ ਆਲੇ ਦੁਆਲੇ ਜਿਹੜਾ ਉਹ ਜਿਵੇਂ ਨਾਨਕ ਸਰੀਏ ਸਾਰਾ ਕੁਝ ਕਰਦੇ ਨੇ ਇਹਨਾਂ ਨੇ ਉਹ ਕੁਝ ਕਰਨ ਤੇ ਜਦੋਂ ਸਾਡੇ ਵਰਗਾ ਪ੍ਰਚਾਰਕ ਸੱਚ ਸੁਣਾਏਗਾ ਤਾਂ ਉਦੋਂ ਫਿਰ ਇਹਨਾਂ ਦੇ ਗੱਲਾਂ ਹਾਜਮ ਨਹੀਂ ਹੁੰਦੀਆਂ ਫਿਰ ਪਿੰਡ ਦੇ ਵਿੱਚ ਤਬਾਹ ਲਾਉਂਦੇ ਨੇ ਖੈਰ ਸਾਨੂੰ ਫਰਕ ਕੋਈ ਨਹੀਂ ਜਿਹੜੀਆਂ ਇਹ ਗੱਲਾਂ ਕਰਦੇ ਨੇ ਨਾ ਵੀ ਅਸੀਂ ਇੱਥੇ ਸਟੇਜ ਤੇ ਨਹੀਂ ਜਾਣ ਦੇਣਾ ਤੇ ਯਾਰ ਮੈਂ ਤੁਹਾਡੀ ਸਟੇਜ ਤੋਂ ਲੈਣਾ ਹੀ ਕੀ ਹੈ ਫਿਰ ਜਦ ਤੁਸੀਂ ਸੱਚ ਤੁਹਾਡੇ ਹਾਜਮ ਨਹੀਂ ਹੋਣਾ ਫਿਰ ਤੁਹਾਡੀ ਸਟੇਜ ਤੋਂ ਅਸੀਂ ਕਰਨਾ ਹੀ ਕੀ ਹੈ ਸਟੇਜਾਂ ਸਾਡੇ ਕੋਲੇ ਹੋਰ ਵੱਡੀਆਂ ਸਾਡੇ ਕੋਲੇ ਚੈਨਲ ਹੈਗੇ ਨੇ ਆਪਣੀ ਗੱਲ ਰੱਖਣ ਨੂੰ ਸਾਡੇ ਕੋਲੇ ਜਿੱਥੇ ਅਸੀਂ ਗੁਰਮਤਿ ਕਲਾਸਾਂ ਲਗਾਉਂਦੇ ਆ ਉਹ ਲੋਕ ਸਾਡੀਆਂ ਗੱਲਾਂ ਸੁਣਨ ਨੂੰ ਹੈਗੇ ਨੇ ਉਹ ਕਾਲਜਾਂ ਦੇ ਵਿੱਚ ਉਹ ਸਕੂਲਾਂ ਦੇ ਵਿੱਚ ਉਹ ਪਿੰਡਾਂ ਦੇ ਵਿੱਚ ਅਸੀਂ ਘਰ ਘਰ ਗੱਲ ਆਪਣੀ ਬਚਾਉਣੀ ਹੈ ਇਕੱਲੀ ਥੋੜੀ ਸਟੇਜ ਦੇ ਨਾਲ ਥੋੜੀ ਹੈ ਵੀ ਹਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਇਸ ਲਈ ਸਾਨੂੰ ਮੈਂ ਤਾਂ ਆਪਣੇ ਫਰੈਂਡਾਂ ਦੇ ਅੱਗੇ ਗੱਲ ਰੱਖੀ ਹੈ ਵੀ ਤੁਸੀਂ ਦੱਸੋ ਜਰਾ ਵੀ ਮੈਂ ਇੱਥੇ ਕਿੱਥੇ ਗਲਤ ਸੀ ਹੋ ਸਕਦਾ ਇਨਸਾਨ ਤੋਂ ਗਲਤੀ ਹੁੰਦੀ ਹੈ ਮੈਂ ਕੋਸ਼ਿਸ਼ ਕੀਤੀ ਹੈ ਇੱਕ ਆਪਣੀ ਸਟੱਡੀ ਕਰਕੇ ਉਹ ਸਟੇਜ ਦੇ ਉੱਪਰ ਬੋਲਿਆ ਫਿਰ ਵੀ ਤੁਹਾਨੂੰ ਲੱਗਦਾ ਹੋਵੇ ਵੀ ਮੈਂ ਮੈਂ ਇੱਥੇ ਕੁਝ ਗਲਤ ਤਾਂ ਜਾਂ ਮੈਨੂੰ ਗੱਲ ਕਰਨ ਦਾ ਮੇਰਾ ਢੰਗ ਸਹੀ ਨਹੀਂ ਸੀ ਜਾ ਮੈਂ ਸਹਿਬ ਜਦਿਆਂ ਦਾ ਜਾਂ ਮਾਤਾ ਗੁਜਰ ਕੌਰ ਜੀ ਦੇ ਨਾਲ ਕੋਈ ਇਤਿਹਾਸ ਬਦਲਿਆ ਹੋਵੇ ਹਨਾ ਜਾਂ ਮੈਂ ਕੋਈ ਊਣਤਾਈ ਮੇਰੇ ਕੋਲੇ ਰਹਿ ਗਈ ਹੋਵੇ ਤਾਂ ਤੁਸੀਂ ਵੀਰ ਵਣ ਕੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਮੇਰੇ ਵਾਲੀ ਜਾਣਕਾਰੀ ਤੁਸੀਂ ਵੀ ਅੱਗੇ ਜਰੂਰ ਸਾਂਝੀ ਕਰੋ ਤੇ ਕੋਸ਼ਿਸ਼ ਕਰੋ ਜਿਹੜੀ ਮੈਂ ਕਿਤਾਬ ਗਾਥਾ ਗੁਰਸਤਨਕ ਜੀ ਕੀ ਆਖੀ ਹੈ ਨਾ ਦੁਨਨਾ ਸਿੰਘ ਢੋਰੀਏ ਦੀ ਆਪ ਲੈ ਕੇ ਪੜੋ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਚੰਗਾ ਲਿਟਰੇਚਰ ਸੂਝਵਾਨ ਵੀਰਾਂ ਦਾ ਜਿਨ੍ਹਾਂ ਨੇ ਸੂਝਵਾਨ ਵਿਦਵਾਨ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਾਰੀ ਸਾਰੀ ਜ਼ਿੰਦਗੀ ਲਾ ਕੇ ਉਹ ਜਦੋਂ ਤੁਸੀਂ ਆਪ ਪੜੋਗੇ ਨਾ ਤਾਂ ਤੁਹਾਨੂੰ ਫੇਰ ਪਤਾ ਲੱਗੂਗਾ ਅਸਲ ਵਿੱਚ ਕਹਾਣੀ ਕੀ ਸੀ ਹੁਣ ਮੇਰੇ ਵਰਗਾ ਜੋ ਮਰਜ਼ੀ ਸੁਣਾਈ ਜਾਵੇ ਇੱਥੇ ਹੈ ਨਾ ਤੇ ਉਹਨਾਂ ਤੇ ਯਕੀਨ ਨਾ ਕਰੋ ਯਕੀਨ ਕੇਵਲ ਲਿਟਰੇਚਰ ਜਿਹੜਾ ਹੈਗਾ ਜਿਹੜਾ ਤੁਸੀਂ ਆਪ ਖੁਦ ਪੜ੍ਹਨਾ ਚਾਹੀਦਾ ਹੈ ਤੁਹਾਨੂੰ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਹੋਵੇ ਜਿਹੜਾ ਸਾਨੂੰ ਲੱਗਦਾ ਹੋਵੇ ਵੀ ਇਹ ਇਤਿਹਾਸ ਜਿਹੜਾ ਹੈਗਾ ਹੁਣ ਇਹ ਨਹੀਂ ਕਦੇ ਵੀ ਗੁਰੂ ਸਾਹਿਬ ਜੀ ਗੁਰਬਾਣੀ ਚ ਕੁਝ ਹੋਰ ਲਿਖਦੇ ਹੋਣ ਤੇ ਜੀਵਨ ਦੇ ਵਿੱਚ ਕੁਝ ਹੋਰ ਹੋਵੇ ਇਹ ਚੀਜ਼ ਕਦੀ ਨਹੀਂ ਹੈ ਜੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਉਹੀ ਚੀਜ਼ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਮਾਈ ਹੈ ਤੇ ਇਹ ਚੀਜ਼ਾਂ ਇਹਨਾਂ ਦੇ ਹਾਜਮ ਨਹੀਂ ਹੁੰਦੀਆਂ ਤੇ ਇਸ ਕਰਕੇ ਵੀਰੋ ਜਿਹੜਾ ਸਾਨੂੰ ਜਾਗੋ ਥੋੜਾ ਜਿਹਾ ਆਪ ਪੜਨਾ ਸ਼ੁਰੂ ਕਰੋ ਤੇ ਸਾਡੇ ਵਰਗੇ ਪ੍ਰਚਾਰਕਾਂ ਤੇ ਯਕੀਨ ਨਾ ਕਰੋ ਜਦੋਂ ਤੱਕ ਤੁਸੀਂ ਗੁਰਬਾਣੀ ਆਪ ਪੜਨ ਨਹੀਂ ਲੱਗਦੇ ਜਦੋਂ ਤੱਕ ਆਪ ਖੋਜ ਨਹੀਂ ਕਰਨ ਲੱਗਦੇ ਜਦੋਂ ਤੱਕ ਆਪ ਧਾਰਮਿਕ ਸਹਿਤ ਨਹੀਂ ਪਾਣ ਲੱਗਦੇ ਵੀਰੋ ਉਦੋਂ ਤੱਕ ਗੱਲ ਨਹੀਂ ਬਣਨੀ ਇਸੇ ਤਰ੍ਹਾਂ ਹੀ ਵਿਰੋਧ ਹੁੰਦੇ ਰਹਿਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ